ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਕੂੜੇ ਵਿੱਚ ਹੋ ਗਿਆ ਵੱਡਾ ਕਾਂਡ ਉੜਾਏ ਗਏ ਹੋਸ਼ ਲੋਕ ਭੱਜ ਕੇ ਵੱਡੇ ਘਰ ਦੇ ਅੰਦਰ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤਵਾ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਮੁਕਸੜ ਦੇ ਵਿੱਚ ਇੱਕ ਮਾਮਲੀ ਜੀ ਗੱਲ ਨੂੰ ਲੈ ਕੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਰਜਿੰਦਰ ਕੁਮਾਰ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਹ 6 ਵਜੇ ਬਾਹਰੋਂ ਆ ਕੇ ਕਾਰ ਬੈਠੀ ਸੀ ਕਿ ਉਹਨਾਂ ਦੇ ਗਵੰਡੀ RAM ਨੇ ਘਰ ਦਾ ਦਰਵਾਜ਼ਾ ਖੜਕਾਇਆ ਤੇ ਕਹਿਣ ਲੱਗਾ ਕਿ ਉਹਨਾਂ ਦੇ ਘਰ ਦੇ ਬਾਹਰ ਕੂੜੇ ਦਾ ਢੇਰ ਲੱਗਾ ਉਹਨਾਂ ਦੀ ਪਤਨੀ ਨੇ RAM ਨੂੰ ਸਮਝਾਇਆ ਕਿ ਕੂੜੇ ਦਾ ਢੇਰ ਉਹਨਾਂ ਨੇ ਨਹੀਂ ਲਗਾਇਆ ਸੋ ਗੋਹੀ ਢੇਰ ਤਾਂ ਹੌਡੀ ਕਾਰ ਦੇ ਕੰਮ ਵਾਲੀ ਨੇ ਲਗਾਇਆ ਇਹ ਜਿੰਦਰ ਕੁਮਾਰ ਨੂੰ ਸਾਰ ਉਹਨਾਂ ਨੇ ਆਪਣੀ ਪਤਨੀ ਅਤੇ RAM ਵਿਚਕਾਰ ਬਹਿਸ ਹੁੰਦੀ ਸੁਣੀ ਸੀ ਤਾਂ ਉਹ ਬਾਹਰ ਆ ਕੇ RAM ਨੂੰ ਸਮਝਾਉਣ ਲੱਗ ਪਿਆ ਪਰ RAM ਉਹਨਾਂ ਨਾਲ ਵੀ ਬਹਿਸਨ ਲੱਗ ਗਿਆ ਇਸਦੇ ਚੱਲਦੇ ਹੁਣ ਰਾਮ ਨੇ ਉਹਨਾਂ ਉੱਤੇ ਗੋਲੀ ਚਲਾ ਦਿੱਤੀ ਪਰ ਕਿਸੇ ਕਾਰਨ ਦਾ ਬਚਾਅ ਹੋ ਗਿਆ ਉਹਨਾਂ ਨੇ ਸਿੱਧੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਮੌਕੇ ਦੇ ਮੌਜੂਦ ਗੁਆਂਢੀ ਵਰਤਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਕਿ ਉਹਨਾਂ ਦੀ ਗਲੀ ਵਿੱਚ ਦੋ ਰਹਿਣ ਵਾਲੀ ਗੁਆਂਢਣ ਵਿੱਚਕਾਰ ਕੋੜ ਦੇ ਟੀਨ ਨੂੰ ਲੈ ਕੇ ਬਹਿਸ ਹੋ ਗਈ ਦੇਖਦੇ ਦੇਖਦੇ ਮਾਮਲਾ ਇੰਨਾ ਵੱਧ ਗਿਆ ਕਿ ਇੱਕ ਗੁਆਂਢਣ ਵੱਲੋਂ ਦੂਜੇ ਗੁਆਂਢੀ ਉੱਤੇ ਗੋਲੀ ਚਲਾ ਦਿੱਤੀ ਗੁਆਂਢ ਦਾ ਕਹਿਣਾ ਹੈ ਕਿ ਗੋਲੀ ਜਲਣ ਨਾਲ ਕਿਸੇ ਨੂੰ ਨੁਕਸਾਨ ਨਹੀਂ ਹੋਇਆ ਪਰ ਉਸਨੇ ਮੰਗ ਕੀਤੀ ਹੈ ਕਿ ਜੇਕਰ ਇਹ ਗੋਲੀ ਲੱਗ ਜਾਂਦੀ ਤੇ ਇਸ ਦਾ ਨੁਕਸਾਨ ਕੌਣ ਭਰਦਾ ਜੀ ਹਾਂ ਜਾਣ ਵੀ ਜਾ ਸਕਦੀ ਸੀ ਇਸ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਇਹ ਦੋਸ ਦੀ ਕਿਸਮਤ ਚੰਗੀ ਸੀ ਕਿ ਉਹ ਬਾਸ ਗਿਆ ਪਰ ਇਹ ਜੋ ਗੋਲੀ ਲੱਗ ਜਾਂਦੀ ਤਾਂ ਕੀ ਹੁੰਦਾ ਨਾ ਤੇ ਖਬਰ ਉਹ ਲਾਸ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ